ਜਿੰਨੀਆਂ ਜਥੇਬੰਦੀਆਂ ਆਈਆਂ ਸੀ ਯੂਨੀਅਨਸ ਆਈਆਂ ਸੀ ਉਹਨਾਂ ਯੂਨੀਅਨਸ ਨੇ ਪਹਿਲੀ ਵਾਰ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਰੇ ਲਾਏ ਜ਼ਿੰਦਾਬਾਦ। ਕਿਸਾਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਹਿਤੈਸ਼ੀ ਹੈ, ਕਿਸਾਨਾਂ ਦੇ ਪ੍ਰਤੀ ਜਿਹੜਾ ਉਹਦੇ ਦਿਲ ਦੇ ਵਿੱਚ ਬਹੁਤ ਸਤਿਕਾਰ ਹੈ। 2022 ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਹੇਠ ਹੀ ਲੜੀ ਜਾਣੀ। ਇਹ ਹਿਸਟਰੀ 'ਚ ਪਹਿਲੀ ਵਾਰ ਹੋਇਆ ਵੀ 50 ਰੁਪਈਏ ਲਗਾਤਾਰ, 50 ਰੁਪਈਏ ਦਾ ਮਤਲਬ ਹੈ ਵੀ ਇੱਕ ਕਿਸਾਨ ਨੂੰ ਇੱਕ ਕਿੱਲੇ ਪਿੱਛੇ 20,000 ਰੁਪਈਏ ਦਾ ਫਾਇਦਾ ਹੋਇਆ। ਅਤੇ ਕਿਸਾਨ ਤਾਂ ਉੱਧਰ ਜਿੰਨੀਆਂ ਜਥੇਬੰਦੀਆਂ ਆਈਆਂ ਸੀ ਯੂਨੀਅਨਸ ਆਈਆਂ ਸੀ ਉਹਨਾਂ ਯੂਨੀਅਨਸ ਨੇ ਪਹਿਲੀ ਵਾਰ ਹੈ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਰੇ ਲਾਏ ਜ਼ਿੰਦਾਬਾਦ। ਔਰ ਇਹਦਾ ਅਸਰ ਜਿਹੜੀ ਕਿਸਾਨ ਮੂਵਮੈਂਟ ਚੱਲੀ ਹੈ ਉਸ 'ਤੇ ਸਾਰੇ ਲੋਕਾਂ ਨੂੰ, ਕਿਸਾਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਹਿਤੈਸ਼ੀ ਹੈ, ਕਿਸਾਨਾਂ ਦੇ ਪ੍ਰਤੀ ਜਿਹੜਾ ਉਹਦੇ ਦਿਲ ਦੇ ਵਿੱਚ ਬਹੁਤ ਸਤਿਕਾਰ ਹੈ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਿਛਲੇ 30 ਸਾਲਾਂ ਤੋਂ ਹਰਿਆਣੇ ਦਾ ਰੇਟ ਅਤੇ ਪੰਜਾਬ ਦੇ ਗੰਨੇ ਦਾ ਰੇਟ 'ਚ 30 ਰੁਪਈਏ ਦਾ ਅੰਤਰ ਸੀ। ਔਰ ਅਸੀਂ ਹਰਿਆਣੇ ਤੋਂ ਹੁਣ 2 ਰੁਪਈਏ ਫਾਲਤੂ ਦਿੱਤਾ। ਔਰ ਇਹੋ ਯੂਨੀਅਨ ਮੰਗ ਕਰ ਰਹੀ ਸੀਗੀ ਵੀ ਸਾਨੂੰ ਘੱਟੋ ਘੱਟ ਹਰਿਆਣੇ ਤੋਂ 2 ਰੁਪਈਏ ਦੇ ਉੱਤੇ ਦਿਓ। ਅਤੇ ਜਿਹੜਾ ਕੈਪਟਨ ਸਾਹਿਬ ਨੇ ਕੀਤਾ ਉਹਦੇ ਨਾਲ ਸਾਰੇ ਏਰੀਏ ਦੇ ਵਿੱਚ, ਖਾਸ ਕਰਕੇ ਇਹਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ, ਰਾਣਾ ਗੁਰਜੀਤ ਹੋਰਾਂ ਦਾ, ਸਾਡੇ ਸਾਰਿਆਂ ਦਾ ਅਸੀਂ ਨਾਲ ਸੀ। ਅਤੇ ਕੈਪਟਨ ਸਾਹਿਬ ਨੂੰ ਉੱਥੇ ਅਸੀਂ ਇਸ ਗੱਲ 'ਤੇ ਕਿਹਾ ਵੀ ਅੱਜ ਕਿਸਾਨਾਂ ਦਾ ਦਿਲ ਜਿੱਤਣ ਦੀ ਲੋੜ ਆ, ਅੱਜ ਇਹਨਾਂ ਦੇ ਦਿਲਾਂ ਨੂੰ ਮਲਮ ਲਾਉਣ ਦੀ ਲੋੜ ਆ। ਅਤੇ ਉਹਨਾਂ ਨੇ ਇੱਕ ਚੰਗੇ ਮੁੱਖ ਮੰਤਰੀ ਹੋਣ ਦਾ ਜਿਹੜਾ ਸਬੂਤ ਦਿੱਤਾ। ਲੰਬੇ ਸਮੇਂ ਤੋਂ ਬਕਾਇਆ ਰਹਿ ਜਾਂਦਾ ਵਾ, ਹਾਂ ਉਹ ਬਕਾਇਆ ਦਾ ਵੀ ਕੋਈ ਹੱਲ ਕੀਤਾ? ਹਾਂਜੀ ਹਾਂਜੀ, ਬਕਾਇਆ ਜਿਹੜਾ ਬਕਾਇਦਾ ਉਹਨਾਂ ਨੂੰ ਪਹਿਲੇ ਦਿੱਤਾ ਜਾਊਗਾ। ਜਿਹੜੇ ਪਿਛਲੇ ਬਕਾਇਆ ਰਹਿ ਗਿਆ ਉਹ ਉਹਨਾਂ ਨੇ ਕਹਿਤਾ ਵੀ ਵਿਦ ਇਨ ਪੀਰੀਅਡ ਆਫ 15 ਦਿਨ ਇਹਨਾਂ ਦੇ ਖਾਤਿਆਂ 'ਚ ਪਾਓ। ਡਿਨਰ ਡਿਪਲੋਮੇਸੀ ਦੀ ਗੱਲ ਇਹ ਹੈ ਵੀ ਰਾਣਾ ਗੁਰਬੀਰ ਸੋਢੀ ਨੇ ਇਹ ਇੱਕ ਹਫ਼ਤਾ ਪਹਿਲੇ ਦੇ ਡਿਨਰ ਦਾ ਟਾਈਮ ਹੋਇਆ ਸੀ ਵੀ ਸਾਰੇ MLA ਸਾਹਿਬਾਨ ਇਕੱਠੇ ਹੋਈਏ, ਕਿਉਂਕਿ ਇਲੈਕਸ਼ਨ ਸਿਰ 'ਤੇ ਹੈ, ਇਲੈਕਸ਼ਨ ਕਿੱਦਾਂ ਜਿੱਤਣੀ ਹੈ, ਪਾਰਟੀ ਕਿੱਦਾਂ ਇਕੱਠੀ ਰਹਿਣੀ ਹੈ। ਅਤੇ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਪਾਰਟੀ ਹਾਈਕਮਾਂਡ ਨੂੰ, ਕਿਉਂਕਿ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕੀਤਾ ਬਈ 2022 ਦੀ ਇਲੈਕਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੀ ਹੇਠ ਹੀ ਲੜੀ ਜਾਣੀ। ਅੱਜ ਹਰੀਸ਼ ਰਾਵਤ ਵੀ ਦਿੱਲੀ ਨੇ, ਉਹ ਦਿੱਲੀ ਰੋਜ਼ ਉਹਨਾਂ ਦਾ ਆਣਾ ਜਾਣਾ ਹੈ। ਜਿਹੜੇ MLA ਮੰਤਰੀ ਵਿਰੋਧ ਕਰਦੇ ਸੀ ਉਹ ਵੀ ਡਿਨਰ 'ਚ ਨਜ਼ਰ ਆਏ ਜੀ? ਬਿਲਕੁਲ ਆਏ, ਲਾਈਨਾਂ ਲੱਗ ਕੇ ਆਣਗੇ। ਬਾਕੀ ਵੀ ਜਿਹੜੇ ਨੇ 2-4 ਛੱਡ ਦੇਣੇ ਨੇ, 2-4 ਨਹੀਂ ਆਣੇ, ਉਹਨਾਂ ਨੂੰ ਲੈਣਾ ਹੀ ਨਹੀਂ, ਕਿਉਂਕਿ ਜਿਹੜੇ ਬੰਦੇ ਅਕਿਰਤਕਨ ਨੇ, ਜਿਹੜੇ ਬੰਦੇ ਪਾਰਟੀ ਦੇ ਵਿੱਚ ਪਿੱਠ 'ਚ ਛੁਰਾ ਮਾਰਦੇ ਨੇ, 4.5 ਸਾਲ ਉਹਨਾਂ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੰਮ ਕੀਤਾ, ਤੁਹਾਨੂੰ ਤਾਂ ਪਤਾ ਹੀ ਹੈ, ਤੁਹਾਡੇ ਇਲਾਕੇ ਦੇ ਨੇ, ਉਹਨਾਂ ਨੂੰ ਮੁੱਖ ਮੰਤਰੀ ਦਾ ਦਰਜਾ ਸੀ। ਅਤੇ ਜੇ ਅੱਜ 4.5 ਸਾਲ ਬਾਅਦ ਕਿਹੜਾ ਕੰਮ ਹੋ ਗਿਆ ਜਿਹੜਾ ਅੱਜ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ 'ਚ ਛੁਰਾ ਮਾਰਿਆ? ਸਿੱਧੀ ਕੋਈ ਗੱਲ ਸੀ, ਉਸ ਕੁਰਸੀ 'ਤੇ ਨਿਗਾਹ ਸੀ ਕਿਰਤ ਘੰਟਾ ਦਾ, ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਬਾਜਵਾ ਸਾਹਿਬ ਤੁਸੀਂ ਰਾਤੀ ਵੀ, ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਮੂੰਹੋਂ ਸੁਣੀਆਂ ਜੀ, ਮੇਰੇ ਮੂੰਹੋਂ ਨਹੀਂ, ਮਲਾਈਆਂ ਤੇ ਤੁਹਾਨੂੰ ਪਤਾ ਵੀ ਮਲਾਈ ਕਿਹੜੀ ਹੁੰਦੀ ਜਿਹੜੀ ਰਿੜਕ ਕੇ ਕੱਢੀ ਦੀ ਤਾਜ਼ਾ, ਤੇ ਉਹ ਰਿੜਕ ਕੇ ਕੱਢ ਕੇ ਖਾ ਗਏ ਨੇ। ਜਦੋਂ ਲੋਕਾਂ ਨੇ ਇਹ ਗੱਲ ਪੁੱਛੀ ਬਰਗਾੜੀ ਵਾਲਿਆਂ ਨੇ ਵੀ ਤੁਸੀਂ ਇਹ ਧਰਨੇ ਸਾਡੇ ਉਠਾਏ, ਤੁਸੀਂ ਸਾਡੇ ਨਾਲ ਝੂਠੇ ਵਾਅਦੇ ਕੀਤੇ, ਹੁਣ ਜਦੋਂ ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਉਹਨਾਂ ਲੋਕਾਂ ਸਾਨੂੰ ਇਹ ਸਵਾਲ ਪੁੱਛਣੇ ਨੇ, ਤੇ ਉਹ ਬੰਦੂਕ ਜਿਹੜੀ ਹੈ ਕੈਪਟਨ ਸਾਹਿਬ ਦੇ ਮੋਢੇ 'ਤੇ ਰੱਖਤੀ, ਇਹਨਾਂ ਕਿਹਾ ਸੀ ਜੀ, ਉਹਨਾਂ ਕਿਹਾ ਸੀ ਜੀ, ਇਹ ਨਹੀਂ ਕਰਦੇ। ਜਦੋਂ ਇੱਕ ਗੱਲ ਦਾ ਪਤਾ ਹੈ ਵੀ ਕੇਸ ਕੋਰਟ ਵਿੱਚ ਹੈ, ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਵੀ ਉਹਦੇ ਵਿੱਚ ਕੋਈ ਤੁਸੀਂ ਜੇ ਕਰੋਗੇ ਵਿੰਡੇਟਾ ਲੱਗੇਗਾ, ਅਤੇ ਪਾਰਟੀ ਕੋਈ ਜਿਹੜੀ ਸਾਡੀ ਕਾਂਗਰਸ ਪਾਰਟੀ ਵਿੰਡੇਟਾ 'ਚ ਬਿਲੀਵ ਨਹੀਂ ਕਰਦੀ। ਅਤੇ ਫਿਰ ਉਹ ਇਹ ਚੀਜ਼ ਦਾ ਜਿਹੜਾ ਸੀ ਨਾ ਸਿਹਰਾ ਲੈਣ ਦੀ, ਇਹ ਕੈਪਟਨ ਸਾਹਿਬ ਦੇ ਮੋਢਿਆਂ ਵੱਲ ਨੂੰ ਕਰਤੀ ਬੰਦੂਕ ਵੀ ਇਹ ਨਹੀਂ ਕਰਨ ਡਏ ਜੀ। ਕਾਂਗਰਸ ਨੇ ਕਿਸਾਨ ਤੇ ਲੰਚ ਡਿਨਰ ਤੇ ਆਪ ਕਰਦੇ ਨੇ, ਕਾਂਗਰਸ ਨੇ ਕਿਸਾਨ ਤੇ ਖੁਸ਼ ਕਰ ਲਏ, ਪਰ ਆਪਣੇ ਜਿਹੜੇ ਨਾਰਾਜ਼ ਬੰਦੇ ਕਦੋਂ ਖੁਸ਼ ਕਰੇ? ਉਹ ਸਾਰੇ ਖੁਸ਼ ਨੇ, ਸਾਰੇ ਖੁਸ਼ ਨੇ, ਕਾਂਗਰਸ ਦੇ ਵਿੱਚ ਨਾਰਾਜ਼ ਹੈ ਹੀ ਕੋਈ ਨਹੀਂ। ਫਤਿਹਜੰਗ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਇਹ ਡਿਨਰ ਡਿਪਲੋਮੈਸੀ ਨਹੀਂ ਹੈ, ਇੱਕ ਪਾਰਟੀ ਲਈ ਇੱਕ ਵਿਉਂਤ ਬਣਾਈ ਜਾ ਰਹੀ ਹੈ 2022 ਦੀ, ਚਾਹੇ 2022 ਦੀ ਵਿਉਂਤ ਬਣਾਉਣ ਦੀ ਗੱਲ ਕੀਤੀ ਗਈ, ਲੇਕਿਨ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜਾ ਕੁਛ ਮੰਤਰੀ ਜਾਂ ਕੁਛ ਜਿਹੜੇ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵਿਰੋਧ ਦੇ ਵਿੱਚ ਖੜੇ ਨੇ, ਉਹਨਾਂ ਨੂੰ ਕਦੀ ਵੀ ਅੱਗੇ ਨਹੀਂ ਲਿਆ ਜਾਏਗਾ। ਇਸ ਪੂਰੀ ਟੀਮ ਦੇ ਵਿੱਚ ਹੋਰ ਜਿਹੜੇ MLA ਰਹਿੰਦੇ, ਜਿਹੜੇ ਕੁਛ ਬਾਗੀ ਸੁਰ ਸੀ, ਉਹ ਵੀ ਵਾਪਸ ਆ ਰਹੇ ਨੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਫੈਕਟ ਨਿਊਜ਼ ਲਈ, ਗੁਰਦਾਸਪੁਰ।